ਜੈ ਕਿਸ਼ਨ ਮਿੱਤਲ ਜ਼ਿੰਦਾਬਾਦ। ਜੈ ਕਿਸ਼ਨ ਮਿੱਤਲ ਹੋ ਕੇ ਸਾਹਿਬ ਪਾਰਟੀ ਜ਼ਿੰਦਾਬਾਦ। ਹੋ ਕੇ ਸਾਹਿਬ ਪਾਰਟੀ ਜ਼ਿੰਦਾਬਾਦ। ਸਰਦਾਰ ਸਿਮਰਜੀਤ ਸਿੰਘ ਬੈਂਸ ਜ਼ਿੰਦਾਬਾਦ। ਸਰਦਾਰ ਸਿਮਰਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਨੂੰ ਵਾਰਡ ਨੰਬਰ 44 ਤੋਂ ਬਹੁਤ ਵੱਡਾ ਔਰ ਭਰਵਾਂ ਹੁੰਗਾਰਾ ਮਿਲਿਆ। ਲੋਕ ਇਨਸਾਫ ਪਾਰਟੀ ਨੇ 13 ਤਰੀਕ ਤੋਂ ਜਦੋਂ ਤੋਂ ਪੇਪਰ ਫਾਈਲ ਕਰਕੇ ਡੋਰ ਟੂ ਡੋਰ ਸ਼ੁਰੂ ਕੀਤਾ ਤਾਂ ਘਰਾਂ 'ਚੋਂ ਨਿਕਲ ਕੇ ਲੋਕਾਂ ਨੇ ਇਹ ਗੱਲ ਕਹੀ ਵੀ ਅਸੀਂ ਜੈ ਕਿਸ਼ਨ ਮਿੱਤਲ ਦੇ ਨਾਲ ਹਾਂ। ਅਸੀਂ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਹਾਂ ਕਿਉਂਕਿ ਉਹਨੇ ਸਾਡੇ ਬਹੁਤ ਕੰਮ ਕਰਵਾਏ। ਇਹਦੇ ਨਾਲ ਨਾਲ ਜੋ ਸਾਡਾ ਪੁਰਾਣਾ ਹਲਕਾ ਮੇਲਰਗੰਜ, ਜੰਮੂ ਕਲੋਨੀ, ਭਾਰਤ ਨਗਰ, ਇਸ ਇਲਾਕੇ ਤੋਂ ਲੋਕ ਉੱਠ ਕੇ ਸਾਡੇ ਇੰਡਸਟਰੀਸਟ ਭਰਾ ਇੱਥੇ ਆਏ ਨੇ, ਉਹ ਜਦੋਂ ਮਿਲਦੇ ਨੇ ਤਾਂ ਬਹੁਤ ਖੁਸ਼ੀਆਂ ਮਨਾਉਂਦੇ ਨੇ ਔਰ ਇਹ ਗੱਲ ਕਹਿੰਦੇ ਨੇ ਵੀ ਜੀ ਸਾਨੂੰ ਕੰਮ ਕਰਨ ਵਾਲਾ ਇੱਕ ਵਰਕਰ ਮਿਲਿਆ। ਕਿਉਂਕਿ ਪੁਰਾਣੇ ਤਜਰਬੇ ਦੇ ਤੌਰ 'ਤੇ ਜਦੋਂ ਮੈਂ ਡਿਪਟੀ ਮੇਅਰ ਸੀ, ਸੀਨੀਅਰ ਡਿਪਟੀ ਮੇਅਰ ਸੀ, ਲੀਡਰ ਆਫ ਓਪੋਜੀਸ਼ਨ ਸੀ, MLA ਸੀ, ਲੋਕਾਂ ਦੇ ਮੈਂ ਆਪਣੀ ਕੋਸ਼ਿਸ਼ ਕੀਤੀ ਵੀ ਹਰ ਭੈਣ ਭਾਈ ਦੇ, ਹਰ ਵਰਗ ਦੇ ਲੋਕਾਂ ਦੇ ਕੰਮ ਕੀਤੇ ਨੇ। ਅਤੇ ਨਾਲ ਜਿਹੜੀ ਇਸ ਹਲਕੇ ਦੀ ਮੇਰੇ ਨਾਲ ਟੀਮ ਚੱਲੀ ਹੋਈ ਹੈ, ਬੈਂਸ ਸਾਹਿਬ ਦੀ ਜਿਹੜੀ ਪੁਰਾਣੀ ਟੀਮ ਸੀ, ਆਮ ਆਦਮੀ ਦੀ ਜਿਹੜੀ ਟੀਮ ਹੈ, ਇਸ ਤੋਂ ਇਲਾਵਾ ਜਿਹੜੇ ਮੇਰੇ ਆਪਣੇ ਰਿਲੇਸ਼ਨ ਵਾਲਿਆਂ ਦੀ ਬਹੁਤ ਵੱਡੀ ਟੀਮ, ਆਮ ਹੀ ਹਰ ਟਾਈਮ ਦਫ਼ਤਰ ਦੇ ਵਿੱਚ 100-200 ਆਦਮੀ ਦਾ ਇਕੱਠ ਰਹਿੰਦਾ ਅਤੇ ਜਿਹੜੀਆਂ ਕਿ ਲੋਕਾਂ ਦੀਆਂ ਰੈਲੀਆਂ 'ਚ ਵੀ ਇੰਨਾ ਇਕੱਠ ਨਹੀਂ ਹੁੰਦਾ, ਤਾਂ ਉਹਦਾ ਵੀ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ। ਅੱਜ ਅਸੀਂ ਥੋੜ੍ਹੀ ਦੇਰ ਨੂੰ ਬਹੁਤ ਵੱਡੀ ਵਿਸ਼ਾਲ ਇੱਕ ਲਾਸਟ ਦਿਨ ਜਿਹੜੀ ਲੋਕ ਕੱਢਦੇ ਨੇ ਉਹ ਰੈਲੀ ਕੱਢਣ ਜਾ ਰਹੇ ਹਾਂ ਔਰ ਲੋਕਾਂ ਦਾ ਇਹ ਮਨ ਬਣਿਆ ਹੋਇਆ ਵੀ ਅਸੀਂ 24 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਣੇ ਮਤਦਾਨ ਕਰਕੇ ਸਰਦਾਰ ਸਿਮਰਜੀਤ ਸਿੰਘ ਬੈਂਸ ਦੀ ਰਹਿਨਮਾਈ 'ਚ ਜੈ ਕਿਸ਼ਨ ਮਿੱਤਲ ਨੂੰ ਜਿਤਾ ਕੇ ਕਾਰਪੋਰੇਸ਼ਨ 'ਚ ਭੇਜਾਂਗੇ ਅਤੇ ਆਪਣੇ ਕੰਮ ਕਰਾਵਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਾਰਡ ਨੰਬਰ 44 ਤੋਂ ਜੈ ਕਿਸ਼ਨ ਬੋਲ ਰਿਹਾ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ 2 ਚੱਲ ਰਿਹਾ ਹੈ, 8 ਦਿਨ ਤੋਂ ਲਗਾਤਾਰ 85 ਪਰ ਯੋਜਨਾ ਕਰ ਰਹੇ ਹਾਂ। ਅੱਜ ਲਾਸਟ ਦਿਨ ਹੈ, ਅਸੀਂ ਜ਼ਿਆਦਾ ਦੀ ਗਿਣਤੀ ਵਿੱਚ ਸਕੂਟਰ ਕਾਰਾਂ ਲੈ ਕੇ ਰੈਲੀ ਕੱਢੀ ਹੈ, ਉਹ ਪੂਰਾ ਹੰਗਾਰਾ ਮਿਲ ਰਿਹਾ। ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀ 24 ਤਰੀਕ ਨੂੰ ਤੁਸੀਂ ਵੋਟਾਂ ਪਾ ਕੇ ਉਹਨੂੰ ਕਾਮਯਾਬ ਬਣਾਓਗੇ ਤਾਂ ਜੋ ਮੈਂ ਇਸ ਇਲਾਕੇ ਦੀ ਵਾਰਡ ਦੀ ਸੇਵਾ ਕਰ ਸਕਾਂ। ਥੈਂਕ ਯੂ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕੋਨ ਤੇ ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ। ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।